ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸਾਰੇ ਕਿਵੇਂ ਹੋ? ਅਤੇ ਆਈ ਹੋਪ ਕਿ ਸਾਰੇ ਜਣੇ ਤੁਸੀਂ ਠੀਕ ਹੋਵੋਗੇ। ਅਤੇ ਅੱਜ ਫਿਰ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਨਵਾਂ ਬਲੌਗ। ਅਤੇ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਤਕਰੀਬਨ ਆਪਾਂ ਪਿਛਲੇ ਸਾਲ ਵੀ ਬਲੌਗ ਪਾਉਂਦੇ ਹੁੰਦੇ ਸੀ, ਅਤੇ ਉਸ ਤੋਂ ਬਾਅਦ ਆਪਣਾ ਟਾਈਮ ਨਹੀਂ ਲੱਗਿਆ। ਇੱਦਾਂ ਸੋਚਿਆ ਚਲੋ ਅੱਜ ਵੀ ਆਪਾਂ ਥੋੜ੍ਹਾ ਜਿਹਾ ਬਲੌਗ ਸ਼ੂਟ ਕਰਦੇ ਹਾਂ ਕਾਫੀ ਟਾਈਮ ਬਾਅਦ। ਅਤੇ ਕਾਫੀ ਮੈਸੇਜਸ ਆਏ ਸੀ ਕਿ ਬਾਈ ਕੀ ਗੱਲ ਹੋ ਗਈ, ਅਤੇ ਕਿਉਂ ਨਹੀਂ ਤੁਸੀਂ ਬਲੌਗ ਬਲੂਗ ਪਾ ਰਹੇ? ਫਿਰ ਮੈਂ ਕਿਹਾ ਚਲੋ ਹੁਣ ਫਿਰ ਦੁਬਾਰਾ ਪਿਛਲੇ ਸਾਲ ਵਾਲੇ ਉੱਥੇ ਆਪਾਂ ਕੰਮ ਕਰਨ ਲੱਗੇ ਸੀਗੇ, ਉਹੀ ਸੀਜ਼ਨ ਆਇਆ ਸੀਗਾ ਸਟ੍ਰੋਬਰੀਆਂ ਦਾ, ਤਾਂ ਸੋਚਿਆ ਚਲੋ ਅੱਜ ਫਿਰ ਬਲੌਗ ਬਣਾਈਏ। ਅਤੇ ਉੱਦਾਂ ਇਹਦੇ ਵਿੱਚ ਕੋਈ ਇੰਨਾ ਵੱਡਾ ਰੀਜ਼ਨ ਨਹੀਂ ਹੈਗਾ ਵੀ ਆਪਾਂ ਕਿਉਂ ਨਹੀਂ ਬਲੌਗ ਪਾਏ, ਕਿਉਂਕਿ ਵੈਸੇ ਬਾਈ ਫੈਮਿਲੀ ਨਾਲ ਟਾਈਮ ਨਹੀਂ ਲੱਗਿਆ, ਆਪਣਾ ਬੀਜੀ ਬਹੁਤ ਚੱਲ ਰਹੇ ਸੀ, ਇਸ ਲਈ ਬਲੌਗ ਨਹੀਂ ਪਾਏ ਗਏ। ਪਰ ਹੁਣ ਅੱਜ ਚਲੋ ਟਾਈਮ ਕੱਢਿਆ ਤਾਂ ਕੋਸ਼ਿਸ਼ ਕੀਤੀ ਕਿ ਦੁਬਾਰੇ ਫਿਰ ਬਲੌਗ ਪਾਈਏ। ਅਤੇ ਸਾਰੇ ਜਣੇ ਸਪੋਰਟ ਜ਼ਰੂਰ ਕਰਿਓ ਨਾਲ, ਅਤੇ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਬਣੇ ਰਹੋ ਵੀਡੀਓ ਦੇ ਨਾਲ। ਆ ਜਾਓ ਤੁਹਾਨੂੰ ਲੈ ਕੇ ਚੱਲਦੇ ਹਾਂ। ਅਤੇ ਹੁਣ ਆਪਾਂ ਰਸਤੇ ਦੇ ਵਿੱਚੋਂ ਪਿਕਅਪ ਕਰਾਂਗੇ, ਆਪਣੇ ਨਾਲ ਦੋ ਜਣੇ ਹੋਰ ਜਣੇ ਉਹਨਾਂ ਨੂੰ ਪਿੱਕ ਕਰਾਂਗੇ, ਅਤੇ ਨਾਲੇ ਤੁਹਾਨੂੰ ਮਿਲਾਵਾਂਗੇ। ਆ ਜਾਓ ਫਿਰ ਚੱਲੀਏ। ਹਾਂਜੀ, ਅਤੇ ਆਪਾਂ ਹੁਣ ਗੱਡੀ ਕਰ ਲਈ ਆ ਸਟਾਰਟ, ਥੋੜ੍ਹੀ ਦੇਰ ਆਪਾਂ ਇਹਨੂੰ ਚਲੋ ਗਰਮ ਕਰ ਲਈਏ। ਅਤੇ ਨਾਲੇ ਤੁਹਾਨੂੰ ਦੱਸ ਦਈਏ ਸੱਚੋ, ਆਪਣੇ ਚੈਨਲ ਦਾ ਨਾਮ ਹੈਗਾ ਜੀ ਕਨੇਡੀਅਨ ਚੋਬਰ, ਅਤੇ ਫੇਸਬੁੱਕ 'ਤੇ ਆਪਣਾ ਪੇਜ ਹੈਗਾ ਗਾ ਗੁਰੀ ਕਨੇਡਾ ਦੇ ਨਾਮ 'ਤੇ। ਅਤੇ ਸਾਰੇ ਜਣੇ ਉੱਥੇ ਜਾ ਕੇ ਜ਼ਰੂਰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਿਓ, ਅਤੇ ਵੱਧ ਤੋਂ ਵੱਧ ਸਪੋਰਟ ਕਰੋ, ਅਤੇ ਤਾਂ ਕਿ ਆਪਾਂ ਫਿਰ ਕੰਟੀਨਿਊ ਕਰੀਏ ਕਿ ਹਫ਼ਤੇ ਦੇ ਵਿੱਚ ਇੱਕ ਦੋ ਵੀਡੀਓ ਪਾਇਆ ਕਰੀਏ। ਤਾਂ ਬਸ ਆ ਜਾਓ ਫਿਰ, ਦੇਖਦੇ ਹਾਂ ਚੱਲਦੇ ਹਾਂ ਅੱਗੇ ਅੱਗੇ ਅੱਜ ਕੀ ਬਣਦਾ, ਅਤੇ ਦਿਖਾਵਾਂਗੇ ਤੁਹਾਨੂੰ ਸਾਰਾ ਸਿਸਟਮ। ਲਓ ਜੀ, ਅਤੇ ਟਾਈਮ ਹੋ ਗਿਆ 6:04 ਹੋ ਗਏ, ਅਤੇ ਆਪਾਂ ਘਰੋਂ ਚੱਲ ਪਏ। ਅਤੇ ਬਾਹਰਲਾ ਤੁਸੀਂ ਵਿਊ ਚੈੱਕ ਕਰੋ। ਲਓ ਵੀ ਮਿੱਤਰੋ, ਇੱਧਰ ਤੁਸੀਂ ਵਿਊ ਦੇਖੋ ਸਨ ਰਾਈਜ਼ ਦਾ ਅਤੇ ਸਨਸੈਟ ਦਾ। ਤੁਹਾਨੂੰ ਅੱਜ ਕੀ ਸ਼ਾਮ ਨੂੰ ਦਿਖਾਵਾਂਗੇ ਜੇ ਹੋਇਆ ਤਾਂ, ਰਾਈਜ਼ ਦਾ ਵਿਊ ਦੇਖੋ ਕਿਆ ਬਾਤ ਹੈ। ਉੱਧਰ ਆਪਣਾ ਜਿਹੜਾ ਬਾਈ ਨੂੰ ਆਪਾਂ ਚੱਕਣਾ, ਉਹਦੇ ਫੋਨ ਆਈ ਜਾਂਦੇ ਆ, ਕਹਿੰਦਾ ਬਾਈ ਕਿੱਧਰ ਰਹਿ ਗਿਆ, ਲੇਟ ਹੋ ਗਏ। ਮੈਂ ਚੱਲ ਕੋਈ ਚੱਕਰ ਨਹੀਂ, ਆ ਗਏ ਬਸ ਤੇਰੇ ਕੋਲ, ਅਤੇ ਬੰਦਾ ਆਪਾਂ ਨੂੰ ਡੀਕੀ ਜਾਂਦਾ ਜੀ। ਹਾਂਜੀ, ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਨੌਰਵਲ, ਜਿਹਨੂੰ ਕਿ ਆਪਾਂ ਇੱਕ ਛੋਟਾ ਜਿਹਾ ਟਾਊਨ ਜਿਹਾ ਕਹਿ ਸਕਦੇ ਹਾਂ। ਬੜੇ ਸੋਹਣੇ ਘਰ ਹੈ ਇੱਥੇ ਵੀ ਨੌਰਵਲ। ਹਾਂਜੀ ਮਿੱਤਰੋ, ਤੇ ਆਪਾਂ ਭਿੰਦੇ ਜੀ ਨੂੰ ਆਪਾਂ ਚੱਕ ਲਿਆ। ਕੀ ਹਾਲ ਹੈ ਬਾਈ ਜੀ? ਵਧੀਆ ਵਧੀਆ। ਪੂਰਾ ਨਾਮ ਕੀ ਹੈ ਬਾਈ ਤੇਰਾ? ਪੂਰਾ ਸ਼ੁਭ ਨਾਮ ਦੱਸੀ। ਭਿੰਦਰ ਸਿੰਘ। ਭਿੰਦਰ ਸਿੰਘ? ਭੁਪਿੰਦਰ ਸਿੰਘ। ਭੁਪਿੰਦਰ ਸਿੰਘ? ਹਾਂਜੀ ਭਿੰਦਾ। ਅਤੇ ਇਹਨਾਂ ਨੂੰ ਆਪਾਂ ਹੁਣ ਪਹਿਲਾਂ ਪਿਕਅਪ ਕਰ ਲਿਆ, ਅਤੇ ਹੁਣ ਇਸ ਤੋਂ ਬਾਅਦ ਆਪਾਂ ਅੰਕਲ ਨੂੰ ਪਿਕਅਪ ਕਰਾਂਗੇ, ਅਤੇ ਉਹ ਤੋਂ ਬਾਅਦ ਚੱਲਾਂਗੇ ਫਿਰ ਫਾਰੋ ਨੂੰ।
ਤੇ ਕੁਛ ਕਹਿਣਾ ਚਾਹੇਗਾ ਬਾਈ, ਕਿਵੇਂ ਲੱਗ ਰਿਹਾ, ਕਦੋਂ ਕਦਾ ਕੇ ਬੈਠਾ ਸੀ ਤੇ? ਬਾਈ ਮੈਨੂੰ ਅੱਧਾ ਘੰਟਾ ਹੋ ਗਿਆ। ਰਾਜ ਰਾਜ ਹੀ ਰਹਿਣ ਦਿਓ, ਰਾਜ ਰਾਜ ਹੀ ਚੰਗਾ ਹੁੰਦਾ, ਰਾਜ ਰਾਜ ਹੀ ਰਹਿਣ ਦੀ। ਹੋਰ ਚੱਲ ਕੋਈ ਨਾ, ਰਾਜ ਰਾਜ ਹੀ ਰਹਿਣ ਦਿੰਦੇ ਆ, ਕੋਈ ਗੱਲ ਨੀ। ਤੇ ਹੁਣ ਆਪਾਂ ਅੰਕਲ ਨੂੰ ਜਾਗਦੇ ਆ ਤੇ ਉਹ ਤੋਂ ਬਾਅਦ ਚੱਲਾਂਗੇ ਫਾਰਮ ਨੂੰ। ਨਿਆਣੇ ਪਤਾ ਨੀ ਕਿੱਥੇ ਰਹਿ ਗਏ ਆ। ਤੇ ਲੋ ਵੀ ਕਹਿੰਦੇ ਜੈਹੋ, ਸਤਿ ਸ੍ਰੀ ਅਕਾਲ। ਤੇ ਇਹ ਵੀ ਆਪਣੇ ਨਾਲ ਜਾਣਗੇ ਅੱਜ ਇਸ ਆ ਵੇਲੋ ਬਾਈ ਭੈਣ ਜੀ, ਸਵੇਰੇ ਸਵੇਰੇ ਹਜੇ ਕੰਮ ਤੇ ਪਹੁੰਚੇ ਹੈ ਨੀ ਤੇ ਬੰਦੇ ਸੌਣ ਵੀ ਲੱਗ ਗਏ। ਹੈ ਤੂੰ ਕਹਿੰਦੇ ਸਾਨੂੰ ਕੰਮ ਨੀ ਮਿਲਦਾ ਵੀਰੇ, ਦੇਖ ਲਓ ਸਿਸਟਮ, ਨੀਂਦਾਂ ਇਹਨਾਂ ਦੀਆਂ ਚੜੀਆਂ ਪਈਆਂ। ਚਲੋ ਉਹ ਤਾਂ ਛੱਡੋ, ਬਾਕੀ ਤੁਸੀਂ ਭਿੰਦੇ ਨੂੰ ਪੂਰੀ ਸੁਸਤੀ ਪਾ ਰੱਖੀ ਆ, ਭਿੰਦੇ ਦੀਆਂ ਨੀਂਦਾਂ ਨੀ ਹੁੰਦੀਆਂ ਪੂਰੀਆਂ। ਤੇ ਓਦਾਂ ਕਹਿੰਦਾ ਮੇਰੇ ਕੋਲ ਕੋਈ ਕੰਮ ਹੈ ਨੀ, ਨੀਂਦ ਵੀ ਨੀ ਦੁਬਈ ਲਈ ਆ ਰਹੀ। ਚਲੋ ਵੀ ਮਿੱਤਰ ਲਓ ਵੀ ਪਹੁੰਚ ਚੁੱਕੇ ਆਪਾਂ ਉੱਥੇ ਫਿਰ ਪਿਛਲੇ ਸਾਲ ਵਾਲੇ ਫਾਰਮ ਦੇ ਵਿੱਚ। ਜਿਨ੍ਹਾਂ ਨੇ ਆਪਣੇ ਪਿਛਲੇ ਸਾਲ ਵਾਲੇ ਬਲੌਗ ਦੇਖੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਆ, ਅਤੇ ਜਿਹੜੇ ਨਵੇਂ ਆਏ ਆ ਉਹ ਵੀ ਜ਼ਰੂਰ ਦੇਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਬਾਕੀ ਤੁਸੀਂ ਵਿਊ ਚੈੱਕ ਕਰੋ ਪਹਿਲਾਂ ਤਾਂ ਸਾਰਿਆਂ ਨੂੰ, ਜਿਹੜੀ ਮੇਨ ਗੱਲ ਆ ਇੱਥੇ, ਜੋ ਕਿ ਆਪਾਂ ਨੂੰ ਇਹ ਬੜੀ ਘੈਂਟ ਲੱਗਦੀ ਆ, ਆਹ ਵਿਊ ਹੈ ਨਾ ਜਿਹੜਾ ਇੱਧਰੋਂ। ਅਤੇ ਬਾਕੀ ਫਿਰ ਅੱਜ ਸਟ੍ਰੋਬਰੀ ਪਿਕਿੰਗ ਦਾ ਕੰਮ ਹੈਗਾ, ਅਤੇ ਬੰਦੇ ਹੈਗੇ ਹਾਂ ਅਸੀਂ ਸਿਰਫ ਤਿੰਨ, ਅਤੇ ਉੱਧਰ ਅੰਕਲ ਬਸਤਰ ਚੇਂਜ ਕਰਦਾ ਹੋਇਆ। ਹੋ ਠੀਕ ਆ, ਚੱਲ ਆ ਜਾ ਕੋਈ ਨਾ, ਫੇਰ ਖਿੱਚਦੇ ਆ ਕੇ ਇੱਧਰ। ਲਓ ਵੀ ਮਿੱਤਰੋ, ਤੇ ਪਹੁੰਚ ਕੇ ਹੁਣ ਆਪਾਂ ਪਹਿਲਾਂ ਸਾਰਿਆਂ ਨੂੰ ਕੀ ਕਰਨਾ ਹੁੰਦਾ, ਪਹਿਲਾਂ ਪੀਵਾਂਗੇ। ਹੋ ਕੋਈ ਨਾ ਕਰਦਾ ਸੈਂਡ, ਕਰ ਲਾ ਚੇਂਜ, ਕੋਈ ਨਾ ਭੇਜਣੀ ਆ ਤੂੰ ਗਾਹਾਂ ਆਸਟ੍ਰੇਲੀਆ। ਤੇ ਸਾਰਿਆਂ ਨੂੰ ਪਹਿਲਾਂ ਆਪਾਂ ਕੀ ਕਰਨਾ ਜੀ, ਆ ਗਏ ਭਿੰਦਿਆ, ਕਿਉਂਕਿ ਸਾਰਿਆਂ ਨੂੰ ਪਹਿਲਾਂ ਪੀਣੀ ਆ ਚਾਹ। ਚਾਹ ਤਾਂ ਪਾ ਲਾ ਪਹਿਲਾਂ, ਚਾਹ ਪੀਣ ਤੋਂ ਪਹਿਲਾਂ ਖੁਰਾਕ ਲੈਣੀ ਹੁੰਦੀ ਏ। ਤੇ ਚਾਹ ਦੇ ਨਾਲ ਕਹਿੰਦੇ ਸੱਪ ਦਾ ਬੱਚਾ ਕੀ ਲਿਆਇਆ ਅੱਜ? ਸੱਪ ਦਾ ਬੱਚਾ ਬਣਾਉਣਾ ਕੀ ਆ ਬਾਈ? ਇਹ ਸੱਪ ਦਾ ਬੱਚਾ ਬਣਾਉਣਾ ਦਾ ਬੱਚਾ, ਸੱਪ ਦਾ ਬੱਚਾ। ਹਾਂ ਚਾਹ ਤਾਂ ਪਾ ਲਾ ਫਿਰ ਪਹਿਲਾਂ।
ਤੇ ਭਿੰਦਾ ਨੰਬਰਦਾਰ ਇੱਧਰ ਕਹਿੰਦੇ ਸੱਪ ਦਾ ਬੱਚਾ ਲੈ ਕੇ ਆਇਆ, ਕਾਲੀ ਨਾਗਣੀ ਪਾ ਪਿੰਦਿਆ ਚਾਹ ਫਿਰ, ਤੇ ਉਹ ਤੋਂ ਬਾਅਦ ਫਿਰ ਕਰਾਂਗੇ ਕੰਮ ਸ਼ੁਰੂ। ਖੱਦਰ ਦਾ ਗਲਾਸ ਲਓ ਵੀ, ਚਾਹ ਪਾਣੀ ਪੀ ਕੇ ਹੁਣ ਆਪਾਂ ਹੋ ਗਏ ਹਾਂ ਰੈਡੀ ਕੰਮ ਕਰਨ ਵਾਸਤੇ। ਉੱਧਰ ਜੇ ਭਿੰਦੇ ਨੇ ਧੋਤੀਆਂ ਬੋਤਲਾਂ ਬੋਤਲਾਂ, ਭਿੰਦੇ ਮੇਰੀ ਗੱਲ ਸੁਣ ਲਾ ਅੱਜ, ਹੁਣ ਕੋਈ ਉਹ ਨਹੀਂ ਕਰਨਾ ਵੀ ਲੱਤ ਦੁਖਦੀ ਆ ਉਹ ਦੁਖਦੀ ਹੈ, ਠੀਕ ਹੈ ਕੰਮ ਕਰਨਾ ਹੁਣ ਮੇਰਾ ਵੀ। ਸਹੀ ਗੱਲ ਹੈ ਬਾਈ, ਸਹੀ ਕੰਮ ਕਰਾਂਗੇ ਤਾਂ ਪੈਸੇ ਮਿਲਣਗੇ ਯਾਰ। ਜੇ ਤੈਨੂੰ ਰੈਸਟ ਚਾਹੀਦੀ ਹੈ ਦਰਖਤਾਂ ਥੱਲੇ ਸੌਂ ਜਾ, ਰੈਸਟ ਤਾਂ ਮੈਂ ਕਰੀ, ਆਪਾਂ ਟਾਈਮ ਤੇਰਾ ਲਿਖ ਦਿੰਨੇ ਆ, ਰੈਸਟ ਤਾਂ ਘਰੇ ਕਰ ਲਈ ਯਾਰ, ਐਦਾਂ ਨਹੀਂ ਕਰੀਦਾ ਯਾਰ ਗੁਰੀ ਬਾਈ, ਐਦਾਂ ਨਹੀਂ ਕਰਨਾ, ਤੱਕਾ ਨਹੀਂ ਓਏ ਬੱਬੂ ਬਾਈ, ਤੱਕਾ ਨਹੀਂ ਕਰਨਾ, ਤੱਕਾ ਨਹੀਂ। ਆ ਜਾ ਬੱਬੂ ਬਾਈ ਤਾਂ ਲੱਗ ਗਿਆ, ਚੱਲੀਏ ਆਏ ਚੱਲੀਏ ਫਿਰ ਕਰੀਏ ਸ਼ੁਰੂ। ਲਓ ਵੀ ਮਿੱਤਰ ਹੁਣ ਕੰਮ ਸ਼ੁਰੂ ਕਰਨ ਲੱਗੇ ਹਾਂ, ਚਾਹ ਚੂਹ ਪੀ ਲਈ ਅਤੇ ਆ ਜਾਓ ਫਿਰ ਚੱਲਦੇ ਹਾਂ ਸਟਰੋਬਰੀਆਂ ਵਾਲੇ ਫਾਰਮ ਦੇ ਵਿੱਚ। ਹੁਣ ਲਓ ਵੀ ਹੁਣ ਥੋੜ੍ਹਾ ਮੋਟਾ ਲੱਗੇ ਹਾਂ ਕੰਮ ਸ਼ੁਰੂ ਕਰਨ, ਕਿਉਂਕਿ ਸਟਰੋਬਰੀ ਪਿੱਕ ਕਰਨੀ ਸੀਗੀ ਅਤੇ ਉਹਦੇ ਵਾਸਤੇ ਬੋਕਸ ਵਗੈਰਾ ਹਲੇ ਨਹੀਂ ਆਏ, ਤਾਂ ਕਰਕੇ ਹੁਣ ਆਪਾਂ ਪਹਿਲਾਂ ਜਿਹੜੀਆਂ ਡੈਮੇਜ ਸਟਰੋਬਰੀਆਂ ਉਹੀ ਕੱਢਾਂਗੇ, ਅਤੇ ਜਿਹੜੇ ਮੇਰੇ ਵੀਰਾਂ ਨੇ ਕੰਮ ਕੀਤਾ ਇੱਥੇ ਫਾਰਮਾਂ ਦੇ ਵਿੱਚ ਉਹ ਵੀ ਜ਼ਰੂਰ ਕਮੈਂਟ ਕਰਿਓ, ਅਤੇ ਜਿਹਨੂੰ ਜਿਹਨੂੰ ਫਾਰਮਿੰਗ ਵਾਲਾ ਕੰਮ ਪਸੰਦ ਹੈ ਜ਼ਰੂਰ ਦੱਸਿਓ। ਫਰੂਟ ਬਹੁਤ ਕਾਫੀ ਜ਼ਿਆਦਾ ਫਰੂਟ ਲੱਗਿਆ ਪਿਆ, ਅਗਰ ਬੰਦਾ ਸਾਡਾ ਡੱਬੇ ਨਹੀਂ ਲੈ ਕੇ ਆ ਰਿਹਾ ਮੈਨੂੰ ਲੱਗਦਾ, ਅਤੇ ਐਂ ਫਰੂਟ ਖਰਾਬ ਵੀ ਨਾ ਕਰਵਾ ਲਏ ਯਾਰ। ਕਿਆ ਬਾਤ ਹੈ ਯਾਰ, ਦੇਖ ਦੇਖ ਹੀ ਸਾਲਾ ਜੀ ਖੁਸ਼ ਹੋਈ ਜਾਂਦਾ ਮਨ ਅੰਦਰੋਂ ਹੀ, ਕਿਉਂਕਿ ਚਾਹੇ ਆਪਾਂ ਯਾਰ ਕੰਮ ਕਰਦੇ ਹਾਂ, ਦੂਸਰਾ ਜਦੋਂ ਆਪਾਂ ਫਰੂਟ ਦੇਖਦੇ ਹਾਂ ਨਾ ਲੱਗਿਆ ਵੀ ਯਾਰ ਅਗਲੇ ਨੂੰ ਫਲ ਬਹੁਤ ਹੈ, ਚਲੋ ਦੂਜੇ ਬੰਦੇ ਨੂੰ ਵੀ ਜਿਹਨੂੰ ਅਗਲੇ ਦਾ ਹੈਗਾ ਖੇਤ ਫਾਇਦਾ ਹੋਵੇ, ਖੁਸ਼ੀ ਮਿਲਦੀ ਹੈ ਅੰਦਰੋਂ ਮਨ ਹੀ ਮਨ ਵੀ ਫਲ ਕਾਫੀ ਜ਼ਿਆਦਾ ਲੱਗਿਆ ਹੋਇਆ। ਆ ਜਾਓ ਬਾਈ ਓਏ ਕਰੀਏ ਸ਼ੁਰੂ ਯਾਰ। ਬਾਕੀ ਕੰਮ ਕਰਦੇ ਹਾਂ ਅਤੇ ਕੰਮ ਦੇ ਨਾਲ ਗੱਲਾਂ ਬਾਤਾਂ ਹੀ ਚੱਲਦੀਆਂ ਰਹਿਣਗੀਆਂ, ਅਤੇ ਐਂਡ ਤੱਕ ਬਣੇ ਰਹੋ ਬਸ ਵੀਡੀਓ ਦੇ ਨਾਲ, ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਜਾਣਕਾਰੀ ਸਾਂਝੀ ਕਰਾਂਗੇ, ਕਿਉਂਕਿ ਅੱਜ ਆਪਣੇ ਨਾਲ ਬਹੁਤ ਹੀ ਘੈਂਟ ਬੰਦੇ ਹੈਗੇ ਆ। ਕਦੇ ਤੂੰ ਪਰਨਾ ਬੰਨ ਲੈਣਾ, ਕਦੇ ਤੂੰ ਟੋਪੀ ਲੈ ਕੇ ਆਉਣਾ, ਤੇ ਇੱਧਰ ਬਈ ਉਧਰ ਅੰਕਲ ਹੈਗਾ ਪੂਰਾ ਖੁਸ਼ ਹੈ, ਪੂਰਾ ਖੁਸ਼ ਰਹਿੰਦਾ, ਤੇ ਇੱਧਰ ਕਹਿੰਦੇ ਭਿੰਦਾ ਨੰਬਰਦਾਰ ਜੋ ਕਿ ਪੂਰਾ ਇਸ ਟਾਈਮ ਟੈਨਸ਼ਨ ਨਾਲ ਘਿਰਿਆ ਹੋਇਆ, ਅਤੇ ਬਾਕੀ ਕੈਨੇਡਾ ਦੇ ਵਿੱਚ 80% ਬੰਦਿਆਂ ਦੀਆਂ ਟੈਨਸ਼ਨਾਂ ਭਿੰਦਿਆ ਸੇਮ ਹੀ ਹੈ ਇਹ ਹੈ। ਬਾਕੀ ਭਰਾਵਾ ਟੈਨਸ਼ਨਾਂ ਲੈ ਕੇ ਬਣਦਾ ਕੁਛ ਨਹੀਂ ਗਾ, ਇਹ ਬੰਦਾ ਹੀ ਇਸ ਟਾਈਮ ਪੂਰਾ ਟੈਨਸ਼ਨਾਂ ਨਾਲ ਘਿਰਿਆ ਹੋਇਆ,
ਡੇਢ ਮਹੀਨਾ ਹੋ ਗਿਆ ਤੈਨੂੰ ਆਏ ਨੂੰ ਹਨਾ, ਡੇਢ ਹੋ ਗਿਆ, ਦੋ ਹੋਣ ਵਾਲੇ ਆ, ਦੋ ਹੋਣ ਵਾਲੇ ਆ ਬਾਈ, ਵਰਕ ਪਰਮਿਟ ਦੇ ਆ ਨਾਲੇ, ਦੋ ਮਹੀਨੇ ਹੋਣ ਵਾਲੇ ਆ ਵਰਕ ਪਰਮਿਟ ਤੇ ਆ, ਕਿਤੇ ਕੰਮ ਨਹੀਂ ਮਿਲਿਆ ਸੀ। ਕਿੰਨੇ ਥਾਂ ਤੇ ਤੂੰ ਅਪਲਾਈ ਅਪਲੂਈ ਤੂੰ ਦੱਸ, ਕਿੰਨੇ ਥਾਂ ਤੇ ਕੀਤਾ? ਮੇਨ ਮੇਨ ਜਿੱਥੇ ਜਾ ਰੈਫਰੈਂਸ ਪੈਂਦੀ ਆ ਆਪਣੀ, ਉੱਥੇ ਕਰਤਾ ਆਪਾਂ, ਇੱਕ ਦੋ ਤਿੰਨ ਚਾਰ ਪੰਜ ਛੇ ਜਗ੍ਹਾ ਤੇ ਕਰਤਾ। 100% ਦਿੱਤਾ ਤੂੰ ਕੰਮ ਲੱਭਣ ਵਾਸਤੇ? 100% ਤਾਂ ਨਹੀਂ ਦਿੱਤਾ, 65% ਦਿੱਤਾ, ਪਰ ਤਾਂ ਨਹੀਂ ਦਿੱਤਾ ਜਾ ਰਿਹਾ ਨਾ, ਖੇਤ ਦਿਹਾੜੀ ਵੀ ਤਾਂ ਲਾਉਣ ਆਉਂਦਾ ਯਾਰ, ਇਹ ਤਾਂ ਚੱਲ ਹੁਣ ਲਾਉਣ ਲੱਗਿਆ, ਚੱਲ ਬਈ ਇੱਥੋਂ ਜਦੋਂ ਤਾਂ ਆਇਆ ਉਦੋਂ ਬਾਅਦ ਹੀ ਚੱਲ ਇੱਕ ਦੋ ਦਿਨਾਂ ਬਾਅਦ ਦਿਹਾੜੀ ਲਾਉਣ ਲੱਗ ਗਿਆ ਨਾ, ਦਿਹਾੜੀ ਦੇ ਚੱਕਰ 'ਚ ਫਿਰ ਟਾਈਮ ਨਹੀਂ ਨਿਕਲਦਾ, ਘਰੇ ਜਾ ਕੇ ਰੈਸਟ ਕਰਕੇ ਸੋਣਾ ਵੀ ਹੈ ਯਾਰ, ਇਹ ਵੀ ਤਾਂ ਦੇਖ ਲਾ। ਚੱਲ ਆਏ ਤੇਰਾ ਬਈ, ਇੱਥੋਂ ਰੈਂਟ ਨਿਕਲ ਜੂਗਾ ਬਈ, ਜੇ ਕੋਈ ਕੰਮ ਹੋਇਆ ਵਧੀਆ। ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਕਿ ਤੂੰ ਮੈਨੂੰ ਧੰਨਵਾਦ, ਪਰ ਆਏ ਤਾਂ ਸਾਰੇ ਨੇ ਆਪਦੀ ਆਪਦੀ ਮਿਹਨਤ ਦਾ ਖਾਣਾ ਬਈ, ਆਪਾਂ ਦਾ ਇਹਦੇ ਵਿੱਚ ਕੀ ਲਿਆ। ਚੱਲ ਤੇਰੇ ਖਾਤਰ ਮੈਂ ਰੋਡ ਥੋੜਾ ਜਿਹਾ ਇਹ ਹੋ ਗਿਆ ਕਿ ਮੈਂ ਗਰੋਸਰੀ ਗਰੋਸਰੀ ਆਪਦੀ ਕਰ ਸਕਦਾ ਹਨਾ, ਰੈਂਟ ਪੇ ਕਰ ਸਕਦਾ ਮੈਂ। ਚੱਲ ਤੇਰਾ ਯਾਰ ਤੋਰੀ ਫੁਰਕਾ ਚੱਲਦਾ ਹੋ ਗਿਆ, ਤੋਰੀ ਫੁਰਕਾ ਰਿੜ ਗਿਆ, ਰੈਂਟ ਰੈਂਟ ਦਾ ਤੇਰਾ ਹੱਲ ਹੋ ਜਾਊਗਾ ਹੌਲੀ ਹੌਲੀ, ਜਿਹੜੇ ਇੱਕ ਦੋ ਦਿਨ ਆਪਣੇ ਇੱਥੇ ਲੱਗੀ ਜਾਂਦੇ ਬਾਈ। ਬਹੁਤ ਬਹੁਤ ਇਸ ਟਾਈਮ ਨਾ ਜ਼ਿਆਦਾ ਮੰਦਾ ਹਾਲ ਹੋ ਰਿਹਾ ਯਾਰ ਵਾਕਈ, ਪਹਿਲਾਂ ਆਪਾਂ ਤਾਂ ਉਦਾਂ ਸੁਣਦੇ ਸੀ ਕਿਉਂਕਿ ਨਹੀਂ ਸਮਝਦੇ ਯਾਰ ਕੀ ਗੱਲ ਹੈ, ਸਮਝਣਾ ਕੀ ਹੈ ਬਾਈ। ਹੁਣ ਜਿਹੜੇ ਨਵੇਂ ਬੰਦੇ ਆ ਉਹਨਾਂ ਵਾਸਤੇ ਤਾਂ ਬਾਹਲਾ ਜ਼ਿਆਦਾ ਔਖਾ ਹੋ ਰਿਹਾ, ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤਾਂ ਕੰਮ ਹੁਣ ਤੂੰ ਲਾਲਾ ਸਾਹਿਬ, ਕਈ ਬੰਦੇ ਆਪਣੇ ਹੈਗੇ ਆ ਅਜੇ ਵੀ ਜਿਹਨਾਂ ਨੂੰ ਨਹੀਂ ਮਿਲਿਆ ਕੰਮ ਹਾਲੇ ਤੱਕ, ਤੂੰ ਤਾਂ ਫਿਰ ਵੀ ਵਰਕ ਪਰਮਿਟ ਦੇ ਆ, ਚੱਲ ਰੱਬ ਕਰੇ ਭਰਾਵਾ ਤੈਨੂੰ ਮਿਲ ਜੇ, ਪਰ ਟੈਨਸ਼ਨ ਵਾਲੇ ਕਿ ਕੁਛ ਨਹੀਂ ਬਣਦਾ ਬੰਦੇ ਨੇ ਬਈ, ਅਗਲੇ ਵੀਕ ਫੀਸ ਭਰਨੀ ਆ ਹਜੇ, ਅਤੇ ਇੱਥੇ ਕੰਮ ਕਰਕੇ ਤਾਂ ਯਾਰ ਰੈਂਟ ਜੋਗੇ ਇਕੱਠੇ ਹੁੰਦੇ ਆ, ਅਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਕੀ ਬਣ ਰਿਹਾ ਇਸ ਟਾਈਮ, ਹਾਲਾਤ ਕੀ ਆ ਕੈਨੇਡਾ ਦੇ ਵਿੱਚ ਹੁਣ। ਤਾਂ ਨਵੇਂ ਬੰਦੇ ਥੋੜ੍ਹਾ ਜਿਹਾ ਬਈ ਜ਼ਿਆਦਾ ਪ੍ਰਪੇਅਰ ਹੋ ਕੇ ਆਇਆ ਕਰੋ, ਇਹ ਬੰਦਾ ਵੀ ਖੇਤੀ ਤੋਂ ਭੱਜਦਾ ਸੀਗਾ ਇੰਡੀਆ ਦੇ ਵਿੱਚ, ਬਾਪੂ ਵਿਚਾਰਾ ਇਕੱਲਾ ਰੇਹ ਸਿੱਟੀ ਜਾਂਦਾ ਇਹਦਾ, ਇਹ ਮੌਜ ਨਾਲ ਗੱਡੀ ਲੈ ਕੇ ਭੱਜਿਆ, ਮੌਤ ਤੋਂ ਮੌਤ ਅੱਗੇ ਖੜੀ, ਗੱਡੀ ਲੈ ਕੇ ਕਦੇ ਚੰਡੀਗੜ੍ਹ ਕਦੇ ਹਿਮਾਚਲ, ਆਹ ਵੇਖ ਲਓ ਅੱਜ ਖੇਤਾਂ 'ਚ ਲਾ ਰੱਖਿਆ ਇੱਥੇ, ਹੁਣ ਕਹਿੰਦਾ ਕਦੇ ਗੋਡਾ ਦੁਖਦਾ ਕਦੇ ਮੋਢਾ ਦੁਖਦਾ ਯਾਰ। ਆਹ ਸਟ੍ਰਾਬਰੀ ਆ ਨਾ ਪਾਲੋ ਵਿੱਚ ਗੋਰਾ, ਇਸ ਗੱਲੋਂ ਨਾ ਔਖਾ ਹੁੰਦਾ ਕਿਹੜਾ ਆਹ ਸਟ੍ਰਾਬਰੀ ਯਾਰ, ਹੁਣ ਇਹਨਾਂ ਦਾ ਆਪਾਂ ਕੀ ਕਰੀਏ, ਸਾਰਿਆਂ ਨੂੰ ਪਤਾ ਹੀ ਹੈ ਇਹ ਗੱਲਾਂ ਤਾਂ, ਹੁਣ ਵਾਰੀ ਵਾਰੀ ਕਿਉਂਕਿ ਸਾਰੇ ਬੰਦੇ ਦੱਸੀ ਜਾਂਦੇ ਇਹ ਚੀਜ਼ਾਂ ਤਾਂ ਵੀ, ਆਪਦਾ ਇੰਡੀਆ ਸਾਰੇ ਕੰਮ ਕਰਿਆ ਕਰੋ, ਪਹਿਲਾਂ ਘਰਦਿਆਂ ਨਾਲ ਖੇਤੀਬਾੜੀ ਵਾਲੇ ਬੰਦੇ ਜਿਹੜੇ ਆਪਾਂ ਜੱਟ ਜ਼ਿਮੀਂਦਾਰ, ਤਾਂ ਜਦੋਂ ਆਪਾਂ ਖੇਤੀਬਾੜੀ ਵਾਲੇ ਕੰਮ ਕਰਦੇ ਹਾਂ ਤਾਂ ਫਿਰ ਇੱਥੇ ਆ ਕੇ ਨਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਇਹ ਕੰਮ, ਤਾਂ ਆਪਾਂ ਨੂੰ ਕੁਛ ਵੀ ਨਹੀਂ ਲੱਗਦੇ। ਹੁਣ ਜਿਵੇਂ ਆਹ ਬੰਦੇ ਨੂੰ ਕੰਮ ਇਹ ਬਹੁਤ ਥੋੜ੍ਹਾ ਜਿਹਾ ਕੇਰਾਂ ਕਈ ਦਿਨ ਔਖਾ ਲੱਗਿਆ, ਪਰ ਹੁਣ ਚਲੋ ਆਦੀ ਹੋ ਗਿਆ ਥੋੜ੍ਹਾ ਥੋੜ੍ਹਾ, ਹੁਣ ਵੀ ਵਿਚਾਰਾ ਅਪਲਾਈ ਕਰੀ ਜਾਂਦਾ, ਕਿਤੇ ਕਿਸੇ ਨੂੰ ਫੋਨ ਕਰਦਾ ਬਈ ਇੱਥੇ ਕੰਮ ਕਰ ਲਾ ਤੂੰ, ਹੁਣ ਜੇ ਅਪਲਾਈ ਅਪਲੂਈ ਇੱਥੇ ਨਹੀਂ ਕਰਨੀ ਬਹਿ ਕੇ, ਕੰਮ ਲੱਗੋ ਯਾਰ ਇੱਥੇ ਸਿੱਧਾ ਹੋ ਕੇ ਇੱਥੇ ਚਲੋ। ਲਓ ਵੀ ਮਿੱਤਰੋ, ਅਤੇ ਬ੍ਰੇਕ ਟਾਈਮ ਹੋ ਗਿਆ, ਟਾਈਮ ਹੋ ਗਿਆ ਡੇਢ ਦਾ, ਡੇਢ ਵੱਜ ਚੁੱਕਿਆ ਸਿਖਰ ਦੁਪਹਿਰਾ, ਫਲ ਕਾਫੀ ਵਧੀਆ ਹੈਗਾ, ਦੋ
ਢਾਈ ਘੰਟਿਆਂ ਦੇ ਵਿੱਚ ਤਕਰੀਬਨ 3 ਵੱਟਾਂ ਤੋਂ ਕੰਮ ਨਿਬੜਿਆ ਗਾ ਤਾਂ ਵਧੀਆ। ਚਲੋ ਲੱਗ ਜਾਣਗੇ 2-3 ਦਿਨ ਜੇ 3 ਬੰਦੇ ਆਈ ਗਏ, ਰੱਬ ਸੁੱਖ ਰੱਖੇ। ਚਲੋ ਭਿੰਦੇ ਦਾ ਵਧੀਆ ਰੈਂਟ ਰੁੰਟ ਜੋਗੇ ਹੋ ਹੀ ਜਾਣਗੇ ਇਕੱਠੇ। ਅਤੇ ਇਸ ਤੋਂ ਬਾਅਦ ਹੁਣ ਲਵਾਂਗੇ ਬ੍ਰੇਕ। ਆ ਜਾਓ ਬਾਈ, ਉਹ ਨਿਬੜ ਗਿਆ ਕੰਮ। ਦੱਸ ਪਿੰਦਿਆ ਕੀ ਖਾਣਾ ਤੂੰ, ਇਹ ਸੱਚੇ ਹੱਥ ਦੱਸੀ ਸੱਚੀ, ਜਿਹੜਾ ਤੈਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦੇ ਖਾਣਾ। ਰੋਟੀ ਦੁਪਹਿਰੇ ਖਾਣਾ। ਸਹੀ ਸਹੀ ਦੱਸੀ ਖਾਣਾ ਕੀ ਹੈ ਤੂੰ? ਰੋਟੀ ਖਾਣਾ। ਲਓ ਵੀ ਮਿੱਤਰੋ, ਹੁਣ ਹੋ ਗਿਆ ਆਪਣਾ ਲੰਚ ਟਾਈਮ ਅਤੇ ਦਰਖਤ ਦੀ ਛਾਵੇਂ ਬੈਠੇ ਹਾਂ। ਕੋਈ ਮਾਈਕਰੋਵੇਵ ਨਹੀਂ, ਅੱਜ ਐਂ ਚੱਲਣਗੀਆਂ ਠੰਡੀਆਂ। ਇੱਥੇ ਇਹ ਆ ਖੇਤਾਂ ਦੇ ਨਜ਼ਾਰੇ ਹੈ ਅੰਕਲ। ਖੇਤਾਂ 'ਚ ਠੰਡੀਆਂ ਹੀ ਹੁੰਦੀਆਂ ਰੋਟੀਆਂ। ਹਾਂ, ਖੇਤਾਂ 'ਚ ਠੰਡੀਆਂ ਹੁੰਦੀਆਂ। ਤੂੰ ਫੋਟੋ ਸ਼ੂਟ ਦਾ ਕੰਮ ਕੀਤਾ ਹੋਇਆ ਨਾ, ਤੈਨੂੰ ਤਾਂ ਨਹੀਂ ਪਤਾ ਵੀ ਖੇਤਾਂ 'ਚ ਰੋਟੀ ਕਿਹੋ ਜਿਹੀ ਹੁੰਦੀ ਹੈ। ਕੰਮ ਕੀਤਾ ਸਾਰਾ, ਮਾਈਕਰੋਵੇਵ ਭਾਲ ਲੈ। ਇੱਕ ਦਿਨ ਅੰਕਲ ਰਿਸ਼ਤੇਦਾਰੀ 'ਚ ਝੋਨਾ ਲਵਾ ਕੇ ਕਹਿੰਦਾ ਮੈਂ ਖੇਤਾਂ 'ਚ ਕੰਮ ਕੀਤਾ ਹੈ। ਅੰਕਲ ਇੱਕ ਦਿਨ ਝੋਨਾ ਲਵਾ ਕੇ ਤੂੰ ਕਹਿੰਦਾ ਮੈਂ ਖੇਤਾਂ 'ਚ ਕੰਮ ਕੀਤਾ? ਨਹੀਂ, ਇੱਕ ਦਿਨ ਨਹੀਂ। ਹਾਂ, ਮੈਂ ਝੋਨਾ ਤੇ ਵੈਸੇ 1-2 ਦਿਨ ਹੀ ਲਾਇਆ ਸੀ ਤੇ ਜਿਹੜੀ ਵਾਢੀ ਕੀਤੀ ਆ ਉਹ 10-15 ਦਿਨ ਕੀਤੀ। ਅੱਛਾ, ਫਿਰ ਉਹਦੇ ਨਾਲ ਖੇਤੀ 'ਚ ਕੰਮ ਹੋ ਗਿਆ। ਤੂੰ ਰੋਟੀ ਫਿਰ ਘਰੇ ਆ ਕੇ ਖਾਂਦਾ ਹੋਏਗਾ ਨਾ? ਲਓ ਵੀ ਮਿੱਤਰੋ, ਰੋਟੀ ਪਾਣੀ ਛਕ ਲਈਏ ਹੁਣ ਅਤੇ ਉਹ ਤੋਂ ਬਾਅਦ ਫਿਰ ਕਰਾਂਗੇ ਕੰਮ ਸ਼ੁਰੂ। ਮਾਹੌਲ ਕਹਿੰਦੇ 1 ਨੰਬਰ ਹੈ, ਵਧੀਆ ਠੰਡੀ ਠੰਡੀ ਹਵਾ ਚੱਲ ਰਹੀ ਹੈ। ਸਮਾਂ 1:35, ਬੱਦਲਵਾਈ ਪੂਰੀ ਵਧੀਆ ਹੋਈ ਪਈ ਆ ਅਤੇ ਮੀਂਹ ਦੀ ਸੰਭਾਵਨਾ ਹੈਗੀ ਆ ਅਤੇ ਬਾਕੀ ਦੀ ਵਿਸਥਾਰ ਨਾਲ ਜਾਣਕਾਰੀ ਤੁਹਾਨੂੰ ਫਿਰ ਦਿੰਦੇ ਹਾਂ। ਹਾਂਜੀ, ਅਤੇ ਬੱਕੀ ਆਪਾਂ ਫਿਰ ਇੱਧਰ ਲੋਡ ਕਰ ਲਈ ਹੈ ਅਤੇ ਬ੍ਰੇਕ ਹੋ ਗਈ ਆਪਣੀ ਡਨ। ਫਿਰ ਆ ਕੇ ਕਰਤਾ ਕੰਮ ਸ਼ੁਰੂ ਪਿੰਦਾ ਨੰਬਰਦਾਰ ਅੰਕਲ ਅਤੇ ਆਪਾਂ ਹੈਗੇ ਹਾਂ ਡਰਾਈਵਰ, ਬੱਕੀ ਚਲਾਵਾਂਗੇ। ਹਾਂਜੀ ਮਿੱਤਰੋ, ਅਤੇ ਟਾਈਮ ਹੋ ਗਿਆ 5:30 ਪਰ ਹਜੇ ਦਿਨ ਕਾਫੀ ਖੜ੍ਹਾ ਹੈਗਾ। ਪਰ ਆਪਾਂ ਅੱਜ ਦਾ ਕੰਮ ਕਰਤਾ ਡਨ। ਤਕਰੀਬਨ ਇੱਦਾਂ ਦੇ ਬੋਕਸ ਆਪਾਂ ਘੱਟੋ ਘੱਟ ਅੱਜ ਕਿੰਨੇ ਤੌਰ 'ਤੇ 30 ਬੋਕਸ ਅੱਜ ਆਪਾਂ ਡਨ ਕੀਤੇ ਆ। 11 ਵਜੇ ਪੈਕਿੰਗ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਚਲੋ ਜਿੰਨਾ ਹੋਇਆ ਵਧੀਆ, ਠੀਕ ਨਿਬੜ ਚੱਲਿਆ। ਹੁਣ ਚੱਲਦੇ ਹਾਂ ਆਪਾਂ ਘਰ ਨੂੰ ਅਤੇ ਬਈ ਬੱਸ ਹੋ ਗਈ ਅੱਜ ਤਾਂ ਸਰੀਰ ਦੀ ਐਨ ਕਹਿੰਦੇ, ਹੁਣ ਜਾ ਕੇ ਤਸੱਲੀ ਬਖਸ਼ ਨੀਂਦ ਆਉਣੀ ਆ। ਕਿਉਂ ਪਿੰਦਿਆ? ਉਹ ਇੱਕ ਹੀ ਬਹੁਤ ਆ, ਦੋ ਦੀ ਲੋੜ ਹੀ ਨਹੀਂ। ਵੇਖੋ ਜੀ, ਹਜੇ ਕੰਮ ਛੱਡ ਕੇ ਆਏ ਹਾਂ, ਦੋ ਦੀ ਤਾਂ ਲੋੜ ਹੀ ਨਹੀਂ ਪੈਂਦੀ। ਥੋੜੀ ਯਾਰ, ਥੋੜੀ ਲੈ। ਘਰ ਦੀਆਂ ਟੈਨਸ਼ਨਾਂ ਸ਼ੁਰੂ ਹੋ ਗਈਆਂ ਬਾਈ ਨੂੰ। ਹੋਰ ਜੇ ਕਿਸੇ ਵੀ ਮੇਰੇ ਭਰਾ ਕੋਲੇ ਕੰਮ ਹੈਗਾ ਤਾਂ ਯਾਰ ਬੰਦੇ ਨੂੰ ਜ਼ਰੂਰ ਲਵਾਓ, ਕਿਉਂਕਿ ਜੋ ਵੀ ਆਪਣੀ ਵੀਡੀਓ ਦੇਖਦੇ ਆ ਬੰਦੇ ਨੂੰ ਬਹੁਤ ਜ਼ਿਆਦਾ ਲੋੜ ਹੈ। ਵਰਕ ਪਰਮਿਟ ਦੇ ਹੈਗਾ, ਤੁਸੀਂ ਲਾ ਲਓ ਸਾਹਿਬ 1.5-2 ਮਹੀਨਿਆਂ 'ਚ ਇੱਥੇ ਖੇਤ 'ਚ ਹੀ ਕੰਮ ਮਿਲਿਆ ਉਹ ਵੀ ਇੱਥੇ। ਚਲੋ ਆਪਾਂ ਲੈ ਆਏ ਇੱਥੇ, ਕਿਉਂਕਿ ਪੱਕਾ ਕੰਮ ਨਹੀਂ ਹੈਗਾ
ਬੰਦੇ ਨੂੰ ਯਾਰ ਕੰਮ ਜ਼ਰੂਰ ਦਵਾਓ ਇਹਨੂੰ ਜੇ ਕਿਤੇ ਕੋਲੇ ਹੈਗਾ ਇੱਥੇ ਲਾ ਦੇ ਇੱਥੇ ਤੈਨੂੰ ਲਾ ਦਈਏ ਹੋਰ ਚੰਗਾ ਅੰਕਲ ਫਿਰ ਬਾਏ ਬਾਏ ਕਰਦੇ ਫਿਰ ਓਕੇ ਜੀ ਬਾਏ ਬਾਏ ਹੋਰ ਯਾਰ ਸ਼ਨੀਵਾਰ ਚੱਲਾਂਗੇ ਕਿਤੇ ਆਪਾਂ ਵੀ ਘੁੰਮਣ ਕੰਮ ਨੂੰ ਯਾਰ ਬਾਈ ਜ਼ਰੂਰ ਜਾਓਗੇ ਤੁਸੀਂ ਕੋਈ ਗੱਲ ਨਹੀਂ ਟਾਈਮ ਆਊਗਾ ਲਓ ਵੀ ਮਿੱਤਰੋ ਅੱਜ ਆਪਾਂ ਕੰਮ ਕਾਰ ਕਰਕੇ ਨਿਬੇੜ ਕੇ ਸਾਰਾ ਅੱਜ ਦਾ ਦਿਨ ਆਪਣਾ ਹੋ ਗਿਆ ਡਨ ਅਤੇ ਤਕਰੀਬਨ ਹੋਰ 10-15 ਮਿੰਟਾਂ 'ਚ ਆਪਾਂ ਘਰ ਪਹੁੰਚ ਜਾਣਾ ਆਹ ਵੇਖ ਲਓ ਕੰਮ ਕਾਰ ਕਰਕੇ ਧੁੱਪੇ ਬਈ ਰੰਗ ਕਹਿੰਦੇ ਚੌਕਲੇਟ ਵਰਗਾ ਹੋ ਗਿਆ ਭਿੰਦੇ ਦਾ ਵੀ ਰੰਗ ਦੇਖ ਲਓ ਚੌਕਲੇਟ ਵਰਗਾ ਹੋ ਗਿਆ ਫੇਸ ਦੇਖ ਲਓ ਆਹ ਵੇਖ ਲਓ ਚੌਕਲੇਟ ਵਰਗਾ ਕਿਹੜਾ ਆਪਣਾ ਦੂਜੀ ਚੌਕਲੇਟ ਵਰਗਾ ਹੀ ਹੋ ਗਿਆ ਚਲੋ ਕੋਈ ਨਾ ਭਿੰਦੇ ਰੰਗ ਤਾਂ ਹੁਣ ਆਪਾਂ ਰੰਗਾਂ ਤੋਂ ਕੀ ਲੈਣਾ ਬਾਈ ਅਤੇ ਕੰਮ ਕਰੋ ਬਸ ਕੰਮ ਮਿਲੀ ਜਾਵੇ ਇਹੀ ਵਧੀਆ ਅਤੇ ਅੱਜ ਦਾ ਆਪਾਂ ਇੱਥੇ ਕਰਦੇ ਹਾਂ ਬਾਈ ਬਲੌਗ ਡਨ ਅਤੇ ਬਾਹਲਾ ਖਾਸ ਤਾਂ ਕੁਝ ਹੈ ਨਹੀਂ ਬਲੌਗ ਦੇ ਵਿੱਚ ਅਤੇ ਮੇਰੇ ਵੀਰ ਸਾਰੇ ਜਣੇ ਸਪੋਰਟ ਕਰਿਓ ਹੌਲੀ ਹੌਲੀ ਵਧੀਆ ਬਲੌਗ ਆਪਾਂ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਵਾਸਤੇ ਵਧੀਆ ਚੀਜ਼ਾਂ ਅੱਗੇ ਦਿਖਾਵਾਂਗੇ ਥੋੜ੍ਹਾ ਪਿੱਛੇ ਕਰੀ ਜਾਵਾਂਗੇ ਅਤੇ ਚੈਨਲ ਨੂੰ ਸਾਰੇ ਜਣੇ ਕਰ ਲਿਓ ਸਬਸਕ੍ਰਾਈਬ ਅਤੇ ਆਪਣੇ ਪੇਜ ਨੂੰ ਫੇਸਬੁੱਕ ਪੇਜ ਗੁਰੀ ਕਨੇਡਾ ਨੂੰ ਵੀ ਕਰ ਲਿਓ ਫੋਲੋ ਅਤੇ ਆਉਣ ਵਾਲੇ ਟਾਈਮ 'ਚ ਆਪਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਕਿ ਹਫ਼ਤੇ ਦੇ ਵਿੱਚ 1-2 ਬਲੌਗ ਬਣਾਈਏ ਪਰ ਵਧੀਆ ਬਣਾਇਆ ਕਰਾਂਗੇ ਤਾਂ ਸਾਰੇ ਜਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਾਈ ਅਤੇ ਇੱਥੇ ਆਪਾਂ ਅੱਜ ਦਾ ਦਿਨ ਕਰਦੇ ਹਾਂ ਡਨ ਅਤੇ ਸਾਰਿਆਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ ਨਮਸਤੇ ਅਤੇ ਟਾਟਾ ਟਾਟਾ ਬਾਏ ਬਾਏ ਵੀ ਕਹਿਣਾ ਤਾਂ ਪੈਂਦਾ ਕੁਛ ਕਹਿਣਾ